लाख पे पे करेगा, उससे ऊपर अगर फर्ज कर लें 50 लाख उसकी आमदनी और है, फर्ज कर लें टोटल आमदन अगर एक बंदे की सालाना 1 करोड़ रुपया है, तो वो 16,10,000 रुपया पहले पे करेगा, फिर जो ऊपर वाला 50 लाख रुपया 44 लाख रुपया उस पर 45% फिर से पे करेगा। तो तकरीबन जिसकी आमदन 1 करोड़ रुपया है वो लगभग 37 लाख रुपया टू बी एग्जैक्ट। थैंक यू। किसान वीरों, इस वक्त पंजाब और पाकिस्तान का फार्मर बहुत परेशान है और इस परेशानी दे विच मौसमी सूरत हाल भी अपना हिस्सा पा रही है और उहदे नाल नाल हुकूमत पंजाब जिहड़ी कि असीं समझ रहे सी किसानां वास्ते कोई रिलीफ पैकेज लै के आएगी, कुछ किसानां दी मदद करेगी, क्योंकि पिछले साल लाइन तुसीं वेख्या है कि किसानां दी फसलां सारियां तबाह हो गईआं। मौसमियाती तब्दीली भी ਪਾਕਿਸਤਾਨ ਦੇ ਵਿੱਚ ਫਾਰਮਿੰਗ ਵਾਸਤੇ ਬੜੀ ਖਤਰਨਾਕ ਜਾ ਰਹੀ ਹੈ ਅਤੇ ਨਾਲ ਨਾਲ ਹਕੂਮਤ ਵੀ ਆਪਣਾ ਹਿੱਸਾ ਪਾ ਰਹੀ ਹੈ। ਹੁਣ ਹਕੂਮਤ ਇੱਕ ਨਵਾਂ ਬਿੱਲ ਲੈ ਕੇ ਆਈ ਹੈ ਜਿਹਦੇ ਵਿੱਚ ਕਿਸਾਨਾਂ ਦੇ ਉੱਤੇ ਟੈਕਸਾਂ ਦੀ ਭਰਮਾਰ ਕੀਤੀ ਜਾ ਰਹੀ ਹੈ ਔਰ ਇੱਕ ਵੱਡਾ ਮਜ਼ੈਲ ਟੈਕਸਾਂ ਦਾ ਬਣਾ ਕੇ ਫਾਰਮਰ ਨੂੰ ਛੱਡਿਆ ਜਾ ਰਿਹਾ ਫਾਰਮਰ ਦੇ ਉੱਤੇ। ਇਹਦੇ ਵਿੱਚ ਤਫਸੀਲਾਤ ਦੇ ਵਿੱਚ ਅਗਰ ਅਸੀਂ ਜਾਈਏ ਤਾਂ ਜਿਹੜੇ ਫਾਰਮਰ ਦੀ ਆਮਦਨ ਹੈਗੀ ਹੈ ਸਾਲਾਨਾ 6 ਲੱਖ ਤੋਂ 12 ਲੱਖ ਰੁਪਏ, ਉਹਦੇ ਉੱਤੇ 15% ਟੈਕਸ ਹੋਏਗਾ ਔਰ ਜਿਹਦੀ 12 ਲੱਖ ਤੋਂ 16 ਲੱਖ ਰੁਪਏ ਆਮਦਨ ਹੈ ਉਹਦੇ 'ਤੇ 90,000 ਫਿਕਸ ਟੈਕਸ ਹੋਏਗਾ। 90,000 ਤਾਂ ਉਹਨੇ ਦੇਣਾ ਹੀ ਦੇਣਾ, ਉਹਦੇ ਉੱਤੇ ਜਿਹੜੀ ਆਮਦਨ ਹੋਏਗੀ ਉਹਦੇ 'ਚ 20% ਟੈਕਸ ਜਿਹੜਾ ਹੈ ਉਹ ਲੱਗੇਗਾ ਔਰ ਉਸ ਤੋਂ ਬਾਅਦ ਜਿਹਦੀ 32 ਲੱਖ ਆਮਦਨ ਹੈ ਉਹ 6.5 ਲੱਖ ਰੁਪਈਏ ਉਹਦਾ ਫਿਕਸਡ ਹੋਏਗਾ ਟੈਕਸ ਔਰ 32 ਤੋਂ 56 ਲੱਖ ਜਿਹਦੀ ਆਮਦਨ ਹੈ ਉਹਦਾ 16 ਲੱਖ ਰੁਪਇਆ ਟੈਕਸ ਜਿਹੜਾ ਉਹ ਫਿਕਸ ਹੋਏਗਾ ਔਰ 56 ਲੱਖ ਤੋਂ ਜ਼ਿਆਦਾ ਆਮਦਨ ਜਿਹਦੀ ਹੈ ਉਹਦੇ ਤੋਂ 16 ਲੱਖ ਜਿਹੜਾ ਹੈ ਉਹਦੇ 'ਤੇ ਫਿਕਸ ਟੈਕਸ ਹੋਏਗਾ ਔਰ ਉਸ ਤੋਂ ਬਾਅਦ 32 ਤੋਂ ਲੈ ਕੇ 56 ਔਰ ਕਰੋੜ ਤੱਕ ਔਰ ਕਰੋੜ ਤੋਂ ਉੱਤੇ ਤੱਕ ਜਿਹਦੀ ਆਮਦਨ ਹੋਏਗੀ ਉਹਨੂੰ 45% ਟੈਕਸ ਵੀ ਲਗਾਇਆ ਜਾਏਗਾ ਔਰ ਇਹ ਸਾਰੀ ਦੀ ਸਾਰੀ ਤਫਸੀਲ ਜਿਹੜੀ ਹੈ ਉਹ ਮੈਂ ਤੁਹਾਨੂੰ ਇੱਕ ਵੀਡੀਓ ਵਿਖਾ ਰਿਹਾ, ਵੀਡੀਓ ਵੇਖੋ, ਇਹਦੇ ਵਿੱਚ ਤਫਸੀਲ ਜਿਹੜੀ ਪੰਜਾਬ ਹਕੂਮਤ ਪੰਜਾਬ ਅਸੈਂਬਲੀ ਦੇ ਵਿੱਚ ਵੀ ਡਿਸਕਸ ਹੋਈ ਹੈ। ਅਮਰ ਭੱਟੀ ਸਾਹਿਬ ਜਿਹੜੇ ਹਨ ਉਹਨੇ ਐਵਾਨ ਦੇ ਵਿੱਚ ਸਾਰੀ ਤਫਸੀਲਾਤ ਦੱਸੀਆਂ ਨੇ, ਵੀਡੀਓ ਵੀ ਵੇਖੋ ਔਰ ਮੈਂ ਇਹ ਕਿਸਾਨ ਨੂੰ ਕਹਾਂਗਾ ਕਿ ਜਿਹੜਾ ਅਗਰ ਹੁਣ ਤੱਕ ਕਿਸਾਨ ਅਗਰ ਨਹੀਂ ਬੋਲਿਆ ਉਹਦੇ 'ਤੇ ਬਿੱਲ ਬਿਜਲੀ ਦੇ ਜ਼ਿਆਦਾ ਪਾਏ ਗਏ, ਉਹਦੀ ਇਜਲਾਸ ਦੀ ਕੀਮਤਾਂ ਬਿਹਤਰ ਨਹੀਂ ਮਿਲੀਆਂ ਔਰ ਕਿਸਾਨ ਹਾਲੇ ਵੀ ਸੁੱਤਾ ਪਿਆ ਹੈ, ਉਹ ਇਹ ਸਮਝਦਾ ਹੈ ਕਿ ਪਤਾ ਨਹੀਂ ਕੋਈ ਫਰਿਸ਼ਤੇ ਆਉਣਗੇ ਜਾਂ ਕੋਈ ਮਦਦ ਉੱਤੋਂ ਗੈਬੀ ਉਤਰੇਗੀ ਔਰ ਸਾਡੇ ਹਾਲਾਤ ਬਿਹਤਰ ਹੋ ਜਾਣਗੇ। ਇਸ ਤਰ੍ਹਾਂ ਬਿਲਕੁਲ ਬਿਹਤਰ ਨਹੀਂ ਹੋਣ ਲੱਗੇ। ਸਭ ਤੋਂ ਪਹਿਲੇ ਤੁਸੀਂ ਟੈਕਸ ਦੀ ਤਫਸੀਲ ਸੁਣ ਲਓ ਔਰ ਉਸ ਤੋਂ ਬਾਅਦ ਤੁਸੀਂ ਇਹ ਸੋਚਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਿਆ ਜ਼ਰਾਤ ਸਾਡੇ ਵਾਸਤੇ ਮੁਮਕਿਨ ਰਹਿ ਜਾਏਗੀ ਜਾਂ ਨਹੀਂ ਰਹਿ ਜਾਏਗੀ। 6 ਲੱਖ ਕੀ ਇਨਕਮ ਹੈ ਜਿਸ ਕਿਸਾਨ ਕੀ, ਉਸਕੋ ਟੈਕਸ ਸੇ ਐਗਜ਼ੈਂਪਟ ਕਰ ਦਿਆ ਗਿਆ, ਅੱਛੀ ਬਾਤ ਹੈ। 6 ਲੱਖ ਸੇ ਜੋ 12 ਲੱਖ ਕੀ ਟੈਕਸ ਕੀ ਸਲੈਬ ਇਨਕਮ ਕੀ ਸਲੈਬ ਹੋਗੀ ਸਰ, ਵੋ 15% ਟੈਕਸ ਪੇ ਕਰੇਗਾ। 12 ਲੱਖ ਸੇ 16 ਲੱਖ ਕੀ ਸਲੈਬ ਮੇਂ ਜੋ ਬੰਦਾ ਆਏਗਾ ਵੋ 90,000 ਪਲੱਸ 16 ਲੱਖ ਸੇ 12 ਲੱਖ ਸੇ ਜ਼ਾਇਦ ਜੋ ਟੈਕਸ ਆਮਦਨ ਹੋਗੀ ਉਸ ਪੇ 20% ਟੈਕਸ ਪੇ ਕਰੇਗਾ। ਇਸੀ ਤਰ੍ਹਾਂ 16 ਲੱਖ ਸੇ 32 ਲੱਖ ਕੀ ਜਿਸ ਕੀ ਆਮਦਨ ਹੋਗੀ ਵੋ 1,70,000 ਪਲੱਸ ਜੋ 16 ਲੱਖ ਸੇ ਜ਼ਾਇਦ ਉਸਕੀ ਆਮਦਨ ਹੋਗੀ ਉਸ ਪੇ 30% ਟੈਕਸ ਅਦਾ ਕਰੇਗਾ। ਤੋ ਯੇ ਕੁੱਲ ਰਕਮ ਬਣਤੀ ਹੈ ਸਰ 1,70,000 ਜਮਾ 4,80,000 6,50,000 ਜਿਸਕੀ ਕੁੱਲ ਆਮਦਨ ਸਾਲਾਨਾ 32 ਲੱਖ ਹੋਗੀ ਵੋ 6,50,000 ਟੈਕਸ ਪੇ ਕਰੇਗਾ ਸਰ। ਇਸੀ ਤਰ੍ਹਾਂ ਸੇ ਜਿਸਕੀ ਇਨਕਮ 32 ਲੱਖ ਸੇ 56,000 ਹੋਗੀ ਸਰ ਵੋ 6,50,000 ਪਲੱਸ ਦੀ ਅਮਾਊਂਟ ਐਕਸੀਡਿੰਗ 32 ਲੱਖ ਹੀ ਵੁੱਡ ਪੇ 40% ਆਫ ਹਿਸ ਐਨੁਅਲ ਇਨਕਮ। ਤੋ ਯੇ ਟੋਟਲ ਅਮਾਊਂਟ ਬਣਤੀ ਹੈ 16,10,000 ਰੁਪਏ ਸਰ, ਜਿਸਕੀ ਸਾਲਾਨਾ ਆਮਦਨ 56 ਲੱਖ ਰੁਪਏ ਹੈ
वो 16,10,000 रुपए टैक्स में पे करेगा सर। इसी तरह आगे चलते हुए जिसकी इनकम सर 56 लाख से जायद है वो 16 लाख प्लस 45% ऑफ द अमाउंट एक्सीडिंग 56 लाख पे करेगा। तो ये इसका अंदाजा आप लगा लें, 16,10,000 तो वो 56 लाख पे करेगा, उससे ऊपर अगर फर्ज कर लें 50 लाख उसकी आमदनी और है, फर्ज कर लें टोटल आमदन अगर एक बंदे की सालाना 1 करोड़ रुपया है तो वो 16,10,000 रुपया पहले पे करेगा, फिर जो ऊपर वाला 50 लाख रुपया 44 लाख रुपया है उस पर 45% फिर से पे करेगा। तो तकरीबन जिसकी आमदन 1 करोड़ रुपया है वो लगभग 24-25 लाख रुपया अपनी आमदन का टैक्स में पे करेगी, 37 लाख रुपया टू बी एग्जैक्ट। थैंक यू। तो डिप्टी स्पीकर साहब, मेरी आपसे गुजारिश होगी कि यहां पे ये जो ऐवान में अराकीन बैठे हुए हैं इनमें से एक भारी तादाद जिम्मेदार तबके से मुंसलिक है। ये किस तरह की असेंबली है? ये अपने ही लोगों का माशी कत्ल करने पे तुले हुए हैं। ये हमें अलहदगी में बैठ के निजी तौर पे तो सारे आके कह रहे हैं कि हम इस बिल के खिलाफ हैं, मान लेते हैं, लेकिन यहां पे वोट क्यों इसके हक में आप दे रहे हैं? अपने ऊपर आप एक ऐसा कानून मुसलत क्यों करने पे तुले हुए हैं? ना सिर्फ अपने ऊपर, अपने जैसे जो दूसरे दीगर आपके बहन भाई हैं उनके ऊपर भी आप इस तरह के कानून का इतलाक करने जा रहे हैं जिसको आप खुद मानने को तैयार नहीं है।